ਗ੍ਰੰਥ ਜੀ ਕੀ ਗੋਦ ਵਿਚ ਬਿਰਾਜਮਾਨ ਗੁਰੂ ਸਰੂਪ ਸਾਹਿਬ ਜੀ ਫਤਿਹ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਆਪਾਂ ਘੱਦੂ ਖਾਰੇ ਜੀ ਯਾਦ ਵਿੱਚ ਇਕੱਤਰ ਹੋਏ ਹੈ, ਮੇਰੇ ਤੋਂ ਪਹਿਲਾਂ ਬੁਲਾਰਿਆਂ ਨੇ ਬਹੁਤ ਵਿਸਤਾਰ ਨਾਲ ਆਪਣੀ ਜਾਣੂ ਕਰਵਾਇਆ ਕਿ ਕੱਲਾ 1984 ਦਾ ਘੱਦੂ ਖਾਰਾ ਨਹੀਂ, ਸਾਡੇ ਤੇ ਹਰੇਕ ਸਮੇਂ ਘੱਦੂ ਖਾਰੇ ਵਾਪਰੇ ਨੇ। ਇਹ ਗੱਲ ਵੱਖਰੀ ਹੈ ਕਿ ਕੁਛ ਘੱਲੂ ਘਾਰਿਆਂ ਦਾ ਅਸੀਂ ਬੜੇ ਅੱਛੇ ਤਰੀਕੇ ਨਾਲ ਜਵਾਬ ਦਿੱਤਾ, ਕੁਛ ਘੱਲੂ ਘਾਰੇ ਸਮੇਂ ਦੀ ਗੋਦ ਚ ਲੋਪ ਹੋ ਗਏ। ਲੇਕਿਨ ਘੱਲੂ ਘਾਰੇ ਸਾਨੂੰ ਬਹੁਤ ਕੁਛ ਦੇ ਵੀ ਗਏ। ਦੂਰ ਕੀ ਜਾਣਾ, ਆਪਾਂ 1984 ਦੀ ਗੱਲ ਕਰੀਏ, ਉਸ ਤੋਂ ਬਾਅਦ ਦਾ ਇਲੈਕਸ਼ਨ ਜਿਹੜਾ ਦੁਨੀਆਂ ਭਰ ਵਿੱਚ ਸਿੱਖ ਨੌਜਵਾਨ ਤਤਪਰ ਹੋਏ ਚੜ੍ਹਦੀ ਕਲਾ ਚ ਵਿਚਰੇ, 1984 ਦੇ ਘੱਲੂ ਘਾਰੇ ਦੀ ਦੇਣ ਹੈ, ਨਹੀਂ ਤੇ ਕੌਮ ਬਹੁਤ ਸੁੱਤੀ ਪਈ ਸੀ। ਇਹ ਘੱਲੂ ਘਾਰੇ ਦੀ ਦੇਣ ਹੋਇਆ ਕਰਦੀ। ਦੂਜੀ ਗੱਲ ਹੈ ਭਾਈ ਵਿਜੇਂਦਰ ਸਿੰਘ ਜੀ, ਉਹ ਰੂਹ ਉਹ ਇੱਕ ਜੀਵਨ ਇਹੋ ਜਿਹਾ ਜੀ ਗਏ ਨੇ ਜਿਸ ਨੂੰ ਬਹੁਤ ਕੁਛ ਕਿਹਾ ਜਾ ਸਕਦਾ, ਬੋਲਿਆ ਜਾ ਸਕਦਾ, ਲਿਖਿਆ ਜਾ ਸਕਦਾ। ਗੱਲ 1978 ਦੀ ਹੈ, ਜਦੋਂ ਸੰਤਾਂ ਦੀ ਗ੍ਰਿਫਤਾਰੀ ਹੁੰਦੀ ਹੈ। ਇੱਕ ਦਿਨ ਪਹਿਲਾਂ ਅਸੀਂ ਮਿਲੇ ਸੰਤਾਂ ਨੂੰ, ਜਹਿੰਦਰ ਦਵਿੰਦਰ ਸਿੰਘ ਜੀ ਕਮਾਂਡ ਥੱਲੇ, ਤੇ ਸੰਤਾਂ ਦੇ ਰੱਜ ਸੀ ਲਾਲੇ ਦਾ ਮੁੱਲ ਭਾਰਤ ਸਰਕਾਰ ਨੇ ਮੇਰੇ ਵਰੰਟ ਕੱਢ ਕੇ ਪਾ ਦਿੱਤਾ, ਮੇਰਾ ਹੁਣ ਤੁਸੀਂ ਪਾਉਣਾ ਕੀ ਕਰਨਾ ਹੈ। ਉਸ ਤੋਂ ਬਾਅਦ ਜੋ ਹੋਇਆ, ਛੇਵੇਂ ਪਾਤਸ਼ਾਹ ਦਾ ਗੁਰਦੁਆਰਾ ਹੈ ਟਾਮੀ ਸਾਹਿਬ ਕਾਲਾ ਸਿੰਘ ਦੇ ਨਾਲ, ਅਸੀਂ ਉਸੇ ਸਾਰੀ ਸਿੰਘ ਜਥੇਬੰਦੀ ਦੇ, ਤੇ ਸਾਡੇ ਕੋਲ ਸਿਮਰਜੀਤ ਸਿੰਘ ਮੁੱਖ ਪੰਚ ਅਨੰਦਪੁਰ ਸਾਹਿਬ ਤੋਂ ਦਲ ਖਾਲਸਾ ਦੇ ਆਏ। ਉਹਨਾਂ ਨੇ ਆ ਕੇ ਇਹ ਵਿਸਤਾਰ ਨਾਲ ਦੱਸਿਆ ਹਾਈਵੇ ਬਾਰੇ ਵੀ ਇਹ ਪਲਾਨ ਬਣ ਰਿਹਾ ਵਿਜੇਂਦਰ ਸਿੰਘ ਦੇ ਸਾਰੇ ਸਾਥੀਆਂ ਦਾ। ਉਦੋਂ ਗੱਲ ਹੋਈ ਵੀ ਦੋਨੇ ਜਥੇਬੰਦੀਆਂ ਦੇ ਰਲਦੇ ਮਿਲਦੇ ਸਿੰਘ ਦਿਓ ਜਹਿੰਦਰ ਦਵਿੰਦਰ ਸਿੰਘ ਕਹਿੰਦੇ ਨਹੀਂ ਇੰਝ ਨਹੀਂ, ਤੁਸੀਂ ਐਕਸ਼ਨ ਕਰੋ ਜਾਂ ਅਸੀਂ ਕਰਦੇ ਹਾਂ, ਤੁਹਾਨੂੰ ਕੀ ਜ਼ਰੂਰਤ ਹੈ ਸਾਨੂੰ ਦੱਸੋ। ਉਹਨਾਂ ਨੇ ਆਖਿਆ ਮਾਈਕ ਤੌਰ ਤੇ ਸਾਨੂੰ ਜ਼ਰੂਰਤ ਪੈ ਰਹੀ ਹੈ, ਤੇ ਜਹਿੰਦਰ ਨੇ ਉਦੋਂ ਹੀ ਪਾਇਆ ਉਹਨਾਂ ਨੂੰ ਦਿੱਤੀ। ਮੇਰੇ ਕਹਿਣ ਤੋਂ ਭਾਵ ਹੋਇਆ ਸੋਚ ਇੱਕ ਸੀ, ਜਿੱਥੇ ਦਲ ਖਾਲਸਾ ਨੇ ਹਾਈਜੈਕਿੰਗ ਕਰਕੇ ਦੁਨੀਆਂ ਨੂੰ ਇਹ ਦੱਸ ਦਿੱਤਾ ਕਿ ਭਾਰਤ ਸਰਕਾਰ ਸਿੱਖਾਂ ਦੇ ਕੀ ਜ਼ੁਲਮ ਕਰ ਰਹੀ ਹੈ, ਉਸ ਹੀ ਰਾਤ ਨੂੰ ਜਿੱਦਣ ਸੰਤਾਂ ਦੀ ਗ੍ਰਿਫਤਾਰੀ ਹੁੰਦੀ ਹੈ, ਬਬਰ ਖਾਲਸਾ ਨੇ ਤਰਨ ਤਰਨ ਸਾਹਿਬ ਜਲੰਧਰ ਹੋਰ ਅਨੇਕ ਜਗ੍ਹਾ ਤੇ ਐਕਸ਼ਨ ਕਰਕੇ ਭਾਰਤ ਸਰਕਾਰ ਦੀ ਨੀਂਦ ਹਰਾਮ ਕਰ ਦਿੱਤੀ ਕਿ ਕੁਛ ਦਿਨਾਂ ਦੇ ਵਿੱਚ ਹੀ ਸੰਤਾਂ ਨੂੰ ਬਾਇਜਤ ਬਰੀ ਕਰਨਾ ਪਿਆ ਭਾਰਤ ਸਰਕਾਰ ਨੂੰ। ਇਹ ਬਹੁਤ ਵੱਡੀ ਗੱਲ ਸੀ। ਲੇਕਿਨ ਗਜਿੰਦਰ ਸਿੰਘ ਹੁਣੇ ਜਿੱਥੇ ਜਹਾਜ਼ ਲੈ ਕੇ ਆਉਂਦੇ ਨੇ, ਉਸ ਤੋਂ ਬਾਅਦ ਜਲਾਬਤਨੀ ਦਾ ਦੌਰ ਚੱਲਦਾ ਆ। ਜਲਾਬਤਨੀ ਲਫ਼ਜ਼ ਜਿਹੜੇ ਬੋਲਣੇ ਬੜੇ ਸੌਖੇ ਨੇ, ਦੋ ਚਾਰ ਲਫ਼ਜ਼ਾਂ ਦਾ ਸੰਗਠਨ ਹੈ, ਲੇਕਿਨ ਜਿਹਨੂੰ ਕੱਟਣੀ ਪੈਂਦੀ ਨਾ ਪਤਾ ਉਹਨੂੰ ਲੱਗਦਾ ਆ। ਜਲਾਬਤਨੀ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈ, ਇਹ ਜਾਂਦਾ ਹੋਰ ਪਾਸੇ ਹੈ, ਕਹਿੰਦਾ ਹੋਰ ਪਾਸੇ ਹੈ, ਪਰਿਵਾਰਾਂ ਦੇ ਵਿੱਚ ਕੀ ਪ੍ਰੋਬਲਮਾਂ ਆਉਂਦੀਆਂ ਨੇ, ਯਾਰਾਂ ਦੋਸਤਾਂ ਨੂੰ ਕੀ ਪ੍ਰੋਬਲਮਾਂ ਆਉਂਦੀਆਂ ਨੇ, ਜਲਾਬਤਨੀ ਜਿਹਨਾਂ ਦੀ ਕੱਟੀ ਹੈ ਉਹਨਾਂ ਨੂੰ ਪਤਾ ਲੱਗਦਾ ਆ। ਦੂਜੇ ਜੇ ਸਮਝਦੇ ਕੋਈ ਕਹਿੰਦਾ ਕੋਈ ਜਰਮਨ ਐਸ਼ ਕਰ ਰਿਹਾ, ਕੋਈ ਕਨੇਡਾ ਕਰ ਰਿਹਾ, ਕੋਈ ਪਾਕਿਸਤਾਨ ਦੀ ਕੋਠੀਆਂ ਬਣਾ ਕੇ ਬੈਠੇ ਨੇ, ਲੇਕਿਨ ਪਤਾ ਉਹਨਾਂ ਨੂੰ ਲੱਗਦਾ ਆ।
ਕਿ ਪਰਾਈ ਅਧੀਨਗੀ ਵਿੱਚ ਕਿਵੇਂ ਰਹਿਣਾ ਆ, ਉੱਥੇ ਰਹਿ ਕੇ ਪਤਾ ਲੱਗਦਾ। ਮੈਂ ਰਜਿੰਦਰ ਸਿੰਘ ਨਾਲ ਕੁਛ ਹਫ਼ਤੇ ਅਸੀਂ ਇਕੱਠੇ ਵੀ ਰਹੇ ਜਦੋਂ ਉੱਥੇ ਯਾਤਰਾ ਤੇ ਜਾਂਦੇ ਰਹੇ ਹਾਂ, ਤਕਰੀਬਨ ਉਹਨਾਂ ਕੋਲ ਰਹਿਣਾ ਤੇ ਜਿਹੜੀਆਂ ਉਹਨਾਂ ਤੇ ਪਾਬੰਦੀਆਂ ਦਾ ਵੀ ਅਹਿਸਾਸ ਹੁੰਦਾ ਸੀ ਵੀ ਕਿਹੋ ਜਿਹੀ ਜ਼ਿੰਦਗੀ 'ਚ ਇਹ ਰਹਿ ਰਹੇ ਨੇ। ਲੇਕਿਨ ਫਿਰ ਵੀ ਉਹ ਧੰਨ ਨੇ, ਉਹ ਧੰਨ ਨੇ ਗੁਰੂ ਕੇ ਸਿੱਖ। ਲੇਕਿਨ ਅੱਜ ਜੇ ਅਸੀਂ ਉਹਨਾਂ ਦੀ ਫਰਦਾਏ ਨੂੰ ਗੱਲਬਾਤ ਕਰਨ ਲਈ ਅਰਦਾਸ ਬੇਨਤੀ ਕਰਨ ਲਈ ਬੈਠੇ ਨੇ ਤਾਂ ਸਾਡੇ ਫਰਜ਼ ਬਹੁਤ ਵੱਡੇ ਨੇ ਜਿਹੜੇ ਗੁਰਿੰਦਰ ਸਿੰਘ ਨਾਲ ਅਸੀਂ ਅੱਜ ਕਰਨੇ ਆ। ਅਸੀਂ ਤਾਂ 40-42-43 ਸਾਲ ਤੋਂ 78 ਤੋਂ ਕਰਕੇ ਬੈਠੇ, ਲੇਕਿਨ ਸੰਗਤਾਂ ਦਾ ਵੀ ਕੁਝ ਫਰਜ਼ ਹੈ। ਜਿਵੇਂ ਗ੍ਰੰਥੀ ਸਾਹਿਬਾਨ ਕਰ ਰਹੇ ਸੀ, ਇਹਨੂੰ ਸੁਣ ਕੇ ਨਹੀਂ ਜਾਣਾ, ਇਹਨੂੰ ਮੰਨਣਾ ਵੀ ਹੈ, ਇਹਨੂੰ ਅਪਣਾਉਣਾ ਵੀ ਹੈ। ਕੱਲਾ ਸਿਮਰਨ ਕਰਨ ਦਾ ਨਾਂ ਸਿੱਖੀ ਨਹੀਂ, ਗੁਰੂ ਨਾਨਕ ਤੋਂ ਪਹਿਲਾਂ ਜਿੰਨੇ ਪਹਾੜ ਸੀ, ਮੱਠ ਸੀ, ਭਰੇ ਪਏ ਸੀ ਸਿਮਰਨ ਕਰਨ ਵਾਲਿਆਂ ਨਾਲ। ਗੁਰੂ ਨਾਨਕ ਨੇ ਕਿਹਾ ਜਿੱਥੇ ਸਿਮਰਨ ਕਰਨਾ ਆ ਉੱਥੇ ਬਾਬਰ ਨੂੰ ਜਾਬਰ ਕਹਿਣਾ, ਛੀ ਮਕਦ ਛੀ ਰਾਜੇ ਛੀ ਮੁਕੱਦਮ ਕੁੱਤੇ ਕਹਿਣ ਦੀ ਵੀ ਯੁੱਧ ਕਰਨੀ ਹੈ। ਉਹ ਗਜਿੰਦਰ ਸਿੰਘ ਨੇ ਕੀਤੀ ਹੈ, ਆਪਣੀ ਕਲਪਨਾ ਕੀਤੀ ਹੈ। ਉਹ ਸਾਡਾ ਵੀ ਫਰਜ਼ ਹੈ ਕਿ ਅਸੀਂ ਗਜਿੰਦਰ ਸਿੰਘ ਨੂੰ ਸੱਚੀ ਸ਼ਰਧਾਂਜਲੀ ਹੋਗੀ, ਉਹਦੀ ਸੋਚ ਨੂੰ ਅਪਣਾਈਏ, ਉਸ ਖਾਲਿਸਤਾਨੀ ਸੋਚ ਤੇ ਚੱਲਦੇ ਹਾਂ। ਅਸੀਂ ਆਪਣੇ ਮਨ ਦਾ ਵਿਚਾਰ ਕਰਨਾ ਕਿ ਮੈਂ ਖਾਲਿਸਤਾਨੀ ਕੀ ਕਰ ਰਿਹਾ, ਮੈਂ ਕੌਮ ਦੇ ਸਰਦਾਏ ਕੀ ਕਰ ਰਿਹਾ, ਮੇਰੀ ਕੀ ਦੇਣ ਹੈ ਕਿ ਜਾਂ ਮੈਂ ਟਿੱਪਣੀ ਕਰ ਰਿਹਾ ਆ ਵੀ ਆ ਖਾਲਿਸਤਾਨੀ ਇਹ ਕਰ ਰਿਹਾ, ਖਾਲਿਸਤਾਨੀ ਉਹ ਕਰ ਰਿਹਾ। ਉੱਥੇ ਆਪਣਾ ਯੋਗਦਾਨ ਵੀ ਆਪਣੇ ਅੰਦਰ ਵੀ ਝਾਤੀ ਦਰਿਆਵਾਨ ਮੈਂ ਵੀ ਜਾ ਕੇ ਦੇਖੀਏ ਕਿ ਇਸ ਮੂਵਮੈਂਟ ਵਾਸਤੇ ਮੇਰਾ ਕੀ ਯੋਗਦਾਨ ਹੈ। ਆਇਆ ਮੈਂ ਉਸ ਮੂਵਮੈਂਟ ਦਾ ਹਰਾ ਨਾਰਾ ਮਾਰ ਰਿਹਾ, ਮੈਂ ਸ਼ਹੀਦ ਪਰਿਵਾਰਾਂ ਦੀ ਦੇਖਭਾਲ ਕਰ ਰਿਹਾ, ਮੈਂ ਬੰਦੀ ਸਿੰਘਾਂ ਦੀ ਗੱਲ ਕਰ ਰਿਹਾ। ਬਹੁਤ ਪਲੇਟਫਾਰਮ ਨੇ ਜਿਨ੍ਹਾਂ ਦੀ ਆਪਾਂ ਸਾਰੇ ਵਰਗ ਕਰ ਸਕਦੇ, ਜੁੜੀ ਹਥਿਆਰਬੰਦ ਸੰਘਰਸ਼ ਦੇ ਕੱਲੇ ਤੇ ਕੰਮ ਕਰਨਾ ਆ। ਲੇਕਿਨ ਅਸੀਂ ਮੁਲਕਰ ਨਿਗੇ ਸੰਤ ਸਫਾਈ ਦਾ ਰਸਤਾ ਆ ਇਹ ਹਰੇਕ ਤਰੀਕੇ ਨਾਲ ਅਸੀਂ ਉਸ ਭਾਰਤ ਸਰਕਾਰ ਨੂੰ ਜਵਾਬ ਦੇਣਾ ਆ ਜਿਹਦੇ ਨਾਲ ਸਾਡੇ ਨਾਲ ਉਹ ਟੱਕਰ ਲੈ ਰਹੀ ਹੈ। ਸਾਡੀ ਮੰਜ਼ਿਲ ਇੰਡੀਪੈਂਡੈਂਟ ਖਾਲਿਸਤਾਨ ਆ, ਅਸੀਂ ਇਕੱਲਾ ਪੰਜਾਬ ਨਹੀਂ, ਅਸੀਂ ਭਾਰਤ ਨੂੰ ਉਹਨਾਂ ਘੱਟ ਗਿਣਤੀਆਂ ਨੂੰ ਆਜ਼ਾਦ ਰੱਖਣਾ ਚਾਹੁੰਦੇ ਹਾਂ ਜਿਹਨਾਂ ਨੂੰ ਕੁਚਲਿਆ ਜਾ ਰਿਹਾ। ਉੱਥੇ ਜੈਨੀ ਬੋਧੀ ਕੁਚਲੇ ਜਾ ਰਹੇ, ਉੱਥੇ ਮੁਸਲਮਾਨ ਕੁਚਲੇ ਜਾ ਰਹੇ ਆ, ਈਸਾਈ ਪਾਦਰੀ ਦਿਨ ਦਿਹਾੜੇ ਸਾੜੇ ਜਾ ਰਹੇ ਆ। ਅਸੀਂ ਭਾਰਤ ਨੂੰ ਇੱਕ ਕੰਟੀਨੈਂਟ ਦੇਖਣਾ ਚਾਹੁੰਦੇ ਹਾਂ। ਜੋ ਭਾਰਤ ਹੈ ਸੀ ਉਹ ਇੱਕ ਅੱਜ ਤਾਂ ਹੀ ਇੱਕ ਧਰਮ ਇੱਕ ਬੋਲੀ ਕਰਕੇ ਨਹੀਂ ਰਿਹਾ, ਜਿਵੇਂ ਯੂਰਪ ਕੰਟੀਨੈਂਟ ਆ, ਅਮਰੀਕਾ ਕੰਟੀਨੈਂਟ ਆ। ਅਸੀਂ ਚਾਹੁੰਦੇ ਸਾਡੇ ਵਧੀਆ ਉਹ ਇੱਕ ਗੁਆਂਢੀ ਬਣ ਕੇ ਰਹਿਣ, ਬਲਕਿ ਇਹ ਨਹੀਂ ਕਿ ਸਾਡੇ ਧਰਮ ਤੇ ਜਖਮਦਾਰੀ ਕਰਨ, ਸਾਡੀ ਨਸਲ ਖੁਸ਼ੀ ਕਰਨ ਕੇ ਬਰਦਾਸ਼ਤ ਤੋਂ ਬਾਹਰ ਹੈ। ਮੇਰੀ ਇਹ ਬੇਨਤੀ ਹੈ ਕਿ ਅਸੀਂ ਬੱਬਰ ਖਾਲਸਾ ਵੱਲੋਂ ਇਹ ਸੱਚੀ ਸੁੱਚੀ ਸ਼ਰਧਾਂਜਲੀ ਰਜਿੰਦਰ ਸਿੰਘ ਦਾ ਉਹ ਬਚਨਾਂ ਨੂੰ ਦੁਹਰਾਉਂਦੇ ਹਾਂ ਕਿ ਜਿਹੜੇ 1976 ਦੇ ਕੀਤੇ ਸੀ, ਤੇਰੀ ਸੋਚ ਖਾਲਿਸਤਾਨ ਦੀ ਤੇ ਆਖਰੀ ਦਮ ਤਾਈਂ ਅਸੀਂ ਪਹਿਰਾ ਦਿੰਦੇ ਰਵਾਂਗੇ, ਉਸ ਚੀਜ਼ ਤੇ ਖੜੇ ਆ। ਤੇ ਸੰਗਤਾਂ ਨੂੰ ਵੀ ਬੇਨਤੀ ਹੈ, ਇਹ ਮੌਕਾ ਮਿਲਿਆ 84 ਲੱਖ ਤੋਂ ਬਾਅਦ ਮਿਲਦਾ ਇਹ ਜੀਵਨ, ਧੰਨ ਭਾਗ ਸਮਝੋ ਆਪਣੇ ਆਪ ਨੂੰ ਕਿ ਅੱਜ ਮੂਵਮੈਂਟ ਚੱਲ ਰਹੀ ਹੈ। ਕਿੰਨੇ ਸਦੀਆਂ ਮੂਵਮੈਂਟ ਚੱਲੀ ਨਹੀਂ, ਉਦੋਂ ਵੀ ਬਹੁਤ ਸਾਰੇ ਸਰੀਰ ਜੰਮ ਕੇ ਮਰ ਗਏ, ਮਰ ਆਪਾਂ ਵੀ ਜਾਣਾ ਆ। ਆਪਣਾ ਯੋਗਦਾਨ ਪਾਓ, ਇਹ ਖੁਸ਼ੀਆਂ ਅਕਾਲ ਪੁਰਖ ਦੀ ਦਰਗਾਹ 'ਚ ਮਿਲਣੀਆਂ ਆ। ਔਫਰਾਂ ਸਾਰਿਆਂ ਕੋਲ ਵੀ ਆ, ਗਜਿੰਦਰ ਸਿੰਘ ਕੋਲ ਨਹੀਂ ਆਈਆਂ, ਮੈਨੂੰ ਦੱਸ ਰਹੇ ਸੀ ਕਹਿੰਦੇ ਅਰੋੜਾ ਸਿੰਘ ਮੇਰੇ ਕੋਲ ਆਇਆ, ਭਾਰਤ ਆ ਜਿਹੜਾ ਆਰ ਐਸ ਦਾ ਮੁਖੀ ਸੀ ਪੰਜਾਬ ਦਾ।
ਕਹਿੰਦਾ ਜੀ ਮੇਰੇ ਤੇ ਯਕੀਨ ਨੀ, ਮੈਂ ਗੱਲ ਕਰਾਵਾਂ। ਕਹਿੰਦਾ ਇੰਗਲੈਂਡ ਟੈਲੀਫੋਨ ਆਇਆ, ਉਹ ਬੰਦੇ ਨਾਲ ਗੱਲ ਕਰਾਈ, ਉਹ ਕਹਿੰਦਾ ਟੋਡਾ ਸਿੰਘ ਤੇ ਯਕੀਨ ਕਰ ਲਓ, ਮੈਂ ਨਾਂ ਨੀ ਲੈਣਾ ਉਹਨੂੰ ਦਾ। ਕਾਂ ਗਿਆ ਦੇ ਵਿੱਚ ਨੇ, ਲੇਕਿਨ ਗਜਿੰਦਰ ਸਿੰਘ ਵਰਗੇ ਯੋਧਿਆਂ ਨੇ ਉਹਨਾਂ ਔਕੜਾਂ ਨੂੰ ਜੁੱਤੀ ਦੀ ਨੋਕ ਤੇ ਚੁਕਰਾਇਆ। ਅੱਜ ਆਪਾਂ ਵੀ ਗੁਰੂ ਦੇ ਬਣਨਾ, ਗੁਰੂ ਪੰਥ ਦਾ ਸਾਥ ਦੇਣਾ ਆ, ਆਪੋ ਆਪਣਾ ਯੋਗਦਾਨ ਪਾਈਏ। ਭੁੱਲਾਂ ਚੁੱਕਾਂ ਦੀ ਸੇਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।